ਬਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇਈ ਨਾਨਕਾ, ਪੂਰਨ ਸੋਈ ਸੰਤ। ਚਵਰ ਸ਼ਤਰ ਤਖਤ ਦੇ ਮਲਕ, ਧਨ ਧਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਅੰਦਰ ਸੱਜ ਬੈਠੀ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਨੇ ਬਹੁਤ ਹੀ ਵਧੀਆ ਲਿਖਿਆ ਆ, ਬਹੁਤ ਹੀ ਜ਼ਿਆਦਾ ਵਧੀਆ ਲਿਖਿਆ ਆ, ਉਹ ਸਿੱਖ ਕੌਮ ਤੋਂ ਆਪਾ ਵਾਰ ਗਿਆ, ਉਹ ਸਿੱਖ ਕੌਮ ਤੋਂ ਆਪਾ ਵਾਰ ਗਿਆ, ਉਹਨੇ ਵੇਚੀ ਨਹੀਂ ਜ਼ਮੀਰ, ਉਹਨੇ ਵੇਚੀ ਨਹੀਂ ਜ਼ਮੀਰ, ਤੈਨੂੰ ਲਾਣਤਾਂ ਪੈਂਦੀਆਂ ਦਿੱਲੀਏ, ਸਿੱਖ ਦੀ ਵਿਕਰੀਏ ਤਸਵੀਰ। ਅੱਜ ਦੇ ਦਿਨ ਪਿੰਡਰਾਂ ਵਾਲੇ ਸੰਤਾਂ ਜੀ ਦਾ ਜਨਮ ਦਿਨ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਜੋਗਿੰਦਰ ਸਿੰਘ ਅਤੇ ਮਾਤਾ ਜੀ ਦਾ ਨਾਮ ਮਾਤਾ ਨਿਹਾਲ ਕੌਰ ਸੀ। ਅਤੇ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਂ ਵਾਲੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਹੋਏ ਨੇ। ਇੱਕ ਵਾਰ ਦੀ ਗੱਲ ਆ, ਪਿੰਡਰਾਂ ਵਾਲੇ ਸੰਤਾਂ ਜੀ ਦਾ ਦੀਵਾਨ ਸਜਿਆ ਹੋਇਆ ਸੀ। ਉੱਥੇ ਇੱਕ ਬੱਚਾ ਸੰਤਾਂ ਵੱਲ ਵਾਰ ਵਾਰ ਜਾਵੇ। ਹੁਣ ਕਈ ਕੋਸ਼ਿਸ਼ਾਂ ਕੀਤੀਆਂ ਪਰ ਸਿੰਘ ਉਹਨੂੰ ਰੋਕ ਦੇਣ, ਉੱਥੇ ਜਾਣ ਤੋਂ ਰੋਕ ਦੇਣ, ਪਰ ਜਦੋਂ ਧਿਆਨ ਪਿਆ ਨਾ ਸੰਤਾਂ ਦਾ ਉਹ ਬੱਚੇ ਵੱਲ, ਅਤੇ ਉਹਨਾਂ ਨੇ ਇਸ਼ਾਰਾ ਕੀਤਾ ਕਿ ਇਹਨੂੰ ਆਉਣ ਦਿਓ। ਹੁਣ ਸਿੰਘਾਂ ਨੇ ਆਉਣ ਦਿੱਤਾ, ਆ ਕੇ ਸੰਤਾਂ ਦੇ ਕੋਲ ਫਲ ਪਏ ਸੀ। ਉਹਨਾਂ ਨੇ ਅੱਗੇ ਕੀਤੇ ਕਿ ਪੁੱਤਰ ਖਾ ਲਾ, ਪਰ ਉਹਨੇ ਨਾ ਸਿਰ ਹਿਲਾਇਆ, ਨਾ ਕੀਤੀ ਕਿ ਮੈਂ ਇਹ ਨਹੀਂ ਖਾਣੇ, ਮੈਨੂੰ ਇਹ ਨਹੀਂ ਚਾਹੀਦੇ। ਅਤੇ ਸੰਤਾਂ ਨੇ ਆਪਣੇ ਕੋਲ ਬਿਠਾਇਆ, ਉਹ ਬੱਚਾ ਕੋਲ ਬਿਠਾ ਕੇ ਬਹੁਤ ਹੀ ਪਿਆਰ ਨਾਲ ਪੁੱਛਿਆ ਕਿ ਪੁੱਤਰ ਫਿਰ ਤੈਨੂੰ ਕੀ ਚਾਹੀਦਾ, ਪੁੱਤਰ। ਪਰ ਉਹ ਬੱਚਾ ਕਹਿੰਦਾ, ਉਹ ਬੱਚੇ ਨੇ ਜਿਹੜਾ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣੇ ਰਿਵਾਲਵਰ ਪਾਇਆ ਹੋਇਆ ਸੀ ਨਾ, ਉਹਨੂੰ ਜਾ ਕੇ ਹੱਥ ਪਾ ਲਿਆ ਕਿ ਮੈਨੂੰ ਇਹ ਚਾਹੀਦਾ, ਕਿ ਮੈਨੂੰ ਆਹ ਚਾਹੀਦਾ ਆ। ਅਤੇ ਸੰਤ ਬੜੇ ਖੁਸ਼ ਹੋਏ, ਗਰਜ ਕੇ ਕਹਿੰਦੇ, ਇੱਥੇ ਮੀਡੀਆ ਵੀ ਬੈਠਾ ਏ, ਅਤੇ ਸਰਕਾਰ ਦੇ ਸੂਏ ਵੀ ਬੈਠੇ ਨੇ, ਉਹ ਜਾ ਕੇ ਦੱਸ ਦਿਓ ਹਕੂਮਤਾਂ ਨੂੰ, ਜੇ ਇਸ ਕੌਮ ਦਾ ਬੱਚਾ ਆਪਣੇ ਹੱਕਾਂ ਖਾਤਰ ਹਥਿਆਰਾਂ ਨੂੰ ਹੱਥ ਪਾਉਣ ਲੱਗ ਪਵੇ ਨਾ, ਤਾਂ ਤੁਸੀਂ ਉਹਨੂੰ ਬਹੁਤਾ ਚਿਰ ਗੁਲਾਮ ਨਹੀਂ ਬਣਾ ਕੇ ਰੱਖ ਸਕਦੇ। ਕਿਸੇ ਨੇ ਤਾਂਹੀਓ ਲਿਖਿਆ ਆ ਨਾ
ਉਹ ਕੌਮ ਗੁਲਾਮ ਨਹੀਂ ਰਹਿ ਸਕਦੀ, ਉਹ ਕੌਮ ਗੁਲਾਮ ਨਹੀਂ ਰਹਿ ਸਕਦੀ ਜਿਸ ਕੌਮ ਦੇ ਵੀਰ ਦਲੇਰ ਹੁੰਦੇ, ਜਿਸ ਕੌਮ ਜਿਸ ਕੌਮ ਦੇ ਵੀਰ ਦਲੇਰ ਹੁੰਦੇ। ਉਹ ਕੌਣ ਪੁੱਛਦਾ ਹੈ ਕਾਵਾਂ ਤੇ ਕੁੱਤਿਆਂ ਨੂੰ, ਉਹ ਕੌਣ ਪੁੱਛਦਾ ਹੈ ਕਾਵਾਂ ਤੇ ਕੁੱਤਿਆਂ ਨੂੰ, ਉਹ ਬੰਦ ਪਿੰਜਰਿਆਂ ਦੇ ਵਿੱਚ ਸ਼ੇਰ ਹੁੰਦੇ। ਹੌਲੇ ਵੀ ਕਈ ਸਿੰਘ ਨੇ ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਆ, ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਪਰ ਤਾਂ ਵੀ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ। ਜਗਤਾਰ ਸਿੰਘ ਹਵਾਰੇ ਵਰਗੇ ਕਈ ਐਸੇ ਸਿੰਘ ਨੇ ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਪਾਇਆ ਆ, ਉਹਨਾਂ ਨੂੰ ਕੱਢਿਆ ਨਹੀਂ ਗਿਆ। ਮੈਂ ਤੁਹਾਡੇ ਅੱਗੇ ਇੱਕ ਭੰਡਰਾਂ ਵਾਲੇ ਸੰਤਾਂ ਜੀ ਦੀ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ। ਬੰਦੂਕ ਤੋਂ ਵੀ ਦੁਨੀਆ ਡਰਦੀ ਹੈ, ਸ਼ਮਸ਼ੀਰ ਤੋਂ ਵੀ ਦੁਨੀਆ ਡਰਦੀ ਹੈ, ਡਰ ਹੁੰਦਾ ਹੈ ਸ਼ੇਰ ਦੀ ਦਹਾੜ ਦਾ, ਸੱਪ ਦੀ ਲਕੀਰ ਤੋਂ ਵੀ ਦੁਨੀਆ ਡਰਦੀ ਹੈ। ਉਹ ਜਿਹੜੇ ਦੁੱਧ ਮਖਾਨਾ ਨਾ ਪਲਿਓ ਹੋਣ ਤਕੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ, ਉਹ ਜਿਹੜੇ ਦੁੱਧ ਮੱਖਣਾ ਨਾ ਪਲਿਓ ਹੋਣ ਤਕੜੇ ਸਰੀਰ ਤੋਂ ਵੀ ਦੁਨੀਆ ਡਰਦੀ ਹੈ। ਉਹ ਕਿੰਨਾ ਕੁ ਮਹਾਨ ਯੋਧਾ ਹੋਵੇਗਾ ਸੰਤ ਜਰਨੈਲ ਸਿੰਘ, ਜਿਹਦੀ ਤਸਵੀਰ ਤੋਂ ਵੀ ਦੁਨੀਆ ਡਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲ।